ਨਵੰਬਰ ਦੀ ਕੋਈ ਕਨਫਰਮੇਸ਼ਨ ਮਿਲ ਪਾਈ ਹੈ ਕਿ ਕੁਸਗੇ ਤਾਂ ਲੱਗਿਆ ਨਹੀਂ ਕਿ ਬੰਦੇ ਕਿਹੜੇ ਕਿਹੜੇ ਆ ਰਹੇ ਹੋਰ? ਦੇਖੋ ਜੀ 1 ਨਵੰਬਰ ਵਾਸਤੇ ਮੈਂ ਤਾਂ ਜਿਹੜਾ ਪਾਰਟੀਆਂ ਦੇ ਪ੍ਰਧਾਨਾਂ ਨੂੰ ਸੱਦਾ ਦਿੱਤਾ ਹੈ, ਅੱਗੇ ਤੁਸੀਂ ਪੁੱਛ ਲਓ ਉਹਨਾਂ ਨੂੰ ਫੋਨ ਕਰਕੇ ਕਿ ਕੀ ਕਹਿੰਦੇ ਨੇ ਕਿ ਕਿਸਾਨ ਲੀਡਰ ਕਹਿ ਰਹੇ ਨੇ ਕਿ ਸਾਡੇ ਨਾਲ ਅਸੀਂ ਬੈਸ ਕਰਨ ਲਈ ਤਿਆਰ ਹਾਂ। ਦੇਖੋ ਪਤਾ ਕੀ ਹੈ, ਕਿਸਾਨਾਂ ਨਾਲ ਤਾਂ ਮੈਂ ਜਦੋਂ ਮਰਜ਼ੀ ਮਿਲ ਲੈਂਦਾ, ਉਹਨਾਂ ਨਾਲ ਤਾਂ ਮੈਂ 6-6 ਘੰਟਿਆਂ ਦੀਆਂ ਮੀਟਿੰਗਾਂ ਵੀ ਕਰ ਲੈਂਦਾ। ਕਿਸਾਨ ਯੂਨੀਅਨ ਸਾਡੀਆਂ ਆਪਣੀ ਨੇ, ਸਾਡੇ ਆਪਣੀ ਨੇ, ਇਹ ਜਿਹੜੇ ਗੱਲ ਗੱਲ 'ਤੇ ਨੁਕਸ ਕੱਢਣ ਵਾਲੇ, ਮੈਂ ਉਹਨਾਂ ਦੇ ਵਹਿਮ ਕੱਢਣੇ ਚਾਹੁੰਦਾ ਥੋੜ੍ਹੇ ਜਿਹੇ। ਹੁਣ ਜੇ ਤਾਂ ਉਹਨਾਂ ਨੇ ਨਹੀਂ ਆਉਣਾ ਤਾਂ ਵੀ ਮੈਂ ਕੀ ਕਰ ਸਕਦਾ, ਜੇ ਕੋਈ ਬਹਾਨੇ ਹੋਰ ਨਵੇਂ ਲਾਉਣੇ ਨੇ ਨਵੇਂ ਲਾ ਲੈਣ। ਨਹੀਂ ਜੀ, ਮੈਨੂੰ ਗੱਲ ਇਹ ਹੈ, ਉਹ ਕਹਿ ਸੁਖਬੀਰ ਪਹਿਲੇ ਦਿਨ ਤਾਂ ਕਹਿੰਦੇ ਸੀ, ਕਹਿੰਦੇ ਜੀ ਵਿਧਾਨ ਸਭਾ 'ਚ ਬਹਿਸ ਕਰ ਲਓ। ਮੈਂ ਕਹਿੰਦੀ ਸੁਖਬੀਰ ਵਾਲ ਵਿਧਾਨ ਸਭਾ 'ਚ ਹੈ ਨਹੀਂ, ਸੁਨੀਲ ਜਾਖੜ ਵਿਧਾਨ ਸਭਾ 'ਚ ਹੈ ਨਹੀਂ, ਕਿਵੇਂ ਵਿਧਾਨ ਸਭਾ 'ਚ ਕਰ? ਉੱਥੇ ਵੀ ਕਰ ਲਾਂਗੇ, 20-21 ਨੂੰ ਉੱਥੇ ਵੀ ਕਰ ਲਾਂਗੇ ਵਿਧਾਨ ਸਭਾ 'ਚ ਵੀ। ਪਰ ਇਹ ਖੁੱਲ੍ਹੀ ਬਹਿਸ ਹੈ, ਇਹ ਐਂ ਕੋਈ ਲਾਉਂਦੇ ਮੈਂ ਇੱਥੇ ਨਹੀਂ ਜਾਂਦਾ ਹੁੰਦਾ ਜੀ, ਮੈਂ ਇੱਥੇ ਜਾਊਂਗਾ ਜੀ, ਮੈਂ ਉੱਥੇ ਨਹੀਂ ਜਾਂਦਾ, ਉਹਨੂੰ ਬੁਲਾਓ ਜੀ, ਇਹਨੂੰ ਬੁਲਾਓ। ਨਹੀਂ, ਜੇ ਜਾਖੜ ਸਾਹਿਬ ਨੂੰ ਕੋਈ ਬਹੁਤ ਲੱਗਦਾ ਕਿ ਆਹ ਬੰਦੇ ਹੋਣੇ ਚਾਹੀਦੇ ਨੇ, ਅਤੇ ਨਾਲ ਉਹ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਮਨਾਉਣਾ ਮੇਰੀ ਜ਼ਿੰਮੇਵਾਰੀ ਹੈ, ਜਿਹੜੇ 8 ਗਏ ਨੇ ਉਹਨਾਂ ਨੂੰ ਮਨਾ ਲੈਂਦੇ, ਭਾਜਪਾ ਛੱਡ ਕੇ ਗਏ ਨੇ ਜਿਹੜੇ ਵਾਪਸ ਦੁਬਾਰਾ ਕਾਂਗਰਸ 'ਚ, ਆਪਦੇ ਵਾਲਿਆਂ ਨੂੰ ਮਨਾਇਆ ਨਹੀਂ ਜਾਂਦਾ, ਲੋਕਾਂ 'ਤੇ ਜਿਹੜੇ ਉਹ ਜ਼ਿੰਮੇਵਾਰੀਆਂ ਲੈਂਦੇ ਫਿਰਦੇ। ਚਿੱਠੀ ਨਵੰਬਰ ਦੀ ਕੋਈ ਕਨਫਰਮੇਸ਼ਨ ਮਿਲ ਪਾਈ ਹੈ ਕਿ ਕੁਸਗੇ ਤਾਂ ਲੱਗਿਆ ਨਹੀਂ ਕਿ ਬੰਦੇ ਕਿਹੜੇ ਕਿਹੜੇ ਆ ਰਹੇ ਹੋਰ? ਦੇਖੋ ਜੀ 1 ਨਵੰਬਰ ਵਾਸਤੇ ਮੈਂ ਤਾਂ ਜਿਹੜਾ ਪਾਰਟੀਆਂ ਦੇ ਪ੍ਰਧਾਨਾਂ ਨੂੰ ਸੱਦਾ ਦਿੱਤਾ ਹੈ, ਅੱਗੇ ਤੁਸੀਂ ਪੁੱਛ ਲਓ ਉਹਨਾਂ ਨੂੰ ਫੋਨ ਕਰਕੇ ਕਿ ਕੀ ਕਹਿੰਦੇ ਨੇ ਕਿ ਕਿਸਾਨ ਲੀਡਰ ਕਹਿ ਰਹੇ ਨੇ ਕਿ ਸਾਡੇ ਨਾਲ ਅਸੀਂ ਬੈਸ ਕਰਨ ਲਈ ਤਿਆਰ। ਦੇਖੋ ਪਤਾ ਕੀ ਹੈ, ਕਿਸਾਨਾਂ ਨਾਲ ਤਾਂ ਮੈਂ ਜਦੋਂ ਮਰਜ਼ੀ ਮਿਲ ਲੈਂਦਾ, ਉਹਨਾਂ ਨਾਲ ਤਾਂ ਮੈਂ 6-6 ਘੰਟਿਆਂ ਦੀਆਂ ਮੀਟਿੰਗਾਂ ਵੀ ਕਰ ਲੈਂਦਾ। ਕਿਸਾਨ ਯੂਨੀਅਨ ਸਾਡੀਆਂ ਆਪਣੀ ਨੇ, ਸਾਡੇ ਆਪਣੀ ਨੇ, ਇਹ ਜਿਹੜੇ ਗੱਲ ਗੱਲ 'ਤੇ ਨੁਕਸ ਕੱਢਣ ਵਾਲੇ, ਮੈਂ ਉਹਨਾਂ ਦੇ ਵਹਿਮ ਕੱਢਣੇ ਚਾਹੁੰਦਾ ਥੋੜ੍ਹੇ ਜਿਹੇ। ਹੁਣ ਜੇ ਤਾਂ ਉਹਨਾਂ ਨੇ ਨਹੀਂ ਆਉਣਾ ਤਾਂ ਵੀ ਮੈਂ ਕੀ ਕਰ ਸਕਦਾ, ਜੇ ਕੋਈ ਬਹਾਨੇ ਹੋਰ ਨਵੇਂ ਲਾਉਣੇ ਨੇ ਨਵੇਂ ਲਾ ਲੈਣ। ਨਹੀਂ ਜੀ, ਮੈਨੂੰ ਗੱਲ ਇਹ ਹੈ, ਉਹ ਕਹਿ ਸੁਖਬੀਰ ਪਹਿਲੇ ਦਿਨ ਤਾਂ ਕਹਿੰਦੇ ਸੀ, ਕਹਿੰਦੇ ਜੀ ਵਿਧਾਨ ਸਭਾ 'ਚ ਬਹਿਸ ਕਰ ਲਓ। ਮੈਂ ਕਹਿੰਦੀ ਸੁਖਬੀਰ ਵਾਲ ਵਿਧਾਨ ਸਭਾ 'ਚ ਹੈ ਨਹੀਂ, ਸੁਨੀਲ ਜਾਖੜ ਵਿਧਾਨ ਸਭਾ 'ਚ ਹੈ ਨਹੀਂ, ਕਿਵੇਂ ਵਿਧਾਨ ਸਭਾ 'ਚ ਕਰ? ਉੱਥੇ ਵੀ ਕਰ ਲਾਂਗੇ, 20-21 ਨੂੰ ਉੱਥੇ ਵੀ ਕਰ ਲਾਂਗੇ ਵਿਧਾਨ ਸਭਾ 'ਚ ਵੀ। ਪਰ ਇਹ ਖੁੱਲ੍ਹੀ ਬਹਿਸ ਹੈ, ਇਹ ਐਂ ਕੋਈ ਲਾਉਂਦੇ ਮੈਂ ਇੱਥੇ ਨਹੀਂ ਜਾਂਦਾ ਹੁੰਦਾ ਜੀ, ਮੈਂ ਇੱਥੇ ਜਾਊਂਗਾ ਜੀ, ਮੈਂ ਉੱਥੇ ਨਹੀਂ ਜਾਂਦਾ, ਉਹਨੂੰ ਬੁਲਾਓ ਜੀ, ਇਹਨੂੰ ਬੁਲਾਓ। ਨਹੀਂ, ਜੇ ਜਾਖੜ ਸਾਹਿਬ ਨੂੰ ਕੋਈ ਬਹੁਤ ਲੱਗਦਾ ਕਿ ਆਹ ਬੰਦੇ ਹੋਣੇ ਚਾਹੀਦੇ ਨੇ, ਅਤੇ ਨਾਲ ਉਹ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਮਨਾਉਣਾ ਮੇਰੀ ਜ਼ਿੰਮੇਵਾਰੀ ਹੈ, ਜਿਹੜੇ 8 ਗਏ ਨੇ ਉਹਨਾਂ ਨੂੰ ਮਨਾ ਲੈਂਦੇ, ਭਾਜਪਾ ਛੱਡ ਕੇ ਗਏ ਨੇ ਜਿਹੜੇ ਵਾਪਸ ਦੁਬਾਰਾ ਕਾਂਗਰਸ 'ਚ, ਆਪਦੇ ਵਾਲਿਆਂ ਨੂੰ ਮਨਾਇਆ ਨਹੀਂ ਜਾਂਦਾ, ਲੋਕਾਂ 'ਤੇ ਜਿਹੜੇ ਉਹ ਜ਼ਿੰਮੇਵਾਰੀਆਂ ਲੈਂਦੇ ਫਿਰਦੇ। ਚਿੱਠੀ ਨਵੰਬਰ ਦੀ ਕੋਈ ਕਨਫਰਮੇਸ਼ਨ ਮਿਲ ਪਾਈ ਹੈ ਕਿ ਕੁਸਗੇ ਤਾਂ ਲੱਗਿਆ ਨਹੀਂ ਕਿ ਬੰਦੇ ਕਿਹੜੇ ਕਿਹੜੇ ਆ ਰਹੇ ਹੋਰ? ਦੇਖੋ ਜੀ 1 ਨਵੰਬਰ ਵਾਸਤੇ ਮੈਂ ਤਾਂ ਜਿਹੜਾ ਪਾਰਟੀਆਂ ਦੇ ਪ੍ਰਧਾਨਾਂ ਨੂੰ ਸੱਦਾ ਦਿੱਤਾ ਹੈ, ਅੱਗੇ ਤੁਸੀਂ ਪੁੱਛ ਲਓ ਉਹਨਾਂ ਨੂੰ ਫੋਨ ਕਰਕੇ ਕਿ ਕੀ ਕਹਿੰਦੇ ਨੇ ਕਿ ਕਿਸਾਨ ਲੀਡਰ ਕਹਿ ਰਹੇ ਨੇ ਕਿ ਸਾਡੇ ਨਾਲ ਅਸੀਂ ਬੈਸ ਕਰਨ ਲਈ ਤਿਆਰ। ਦੇਖੋ ਪਤਾ ਕੀ ਹੈ, ਕਿਸਾਨਾਂ ਨਾਲ ਤਾਂ ਮੈਂ ਜਦੋਂ ਮਰਜ਼ੀ ਮਿਲ ਲੈਂਦਾ, ਉਹਨਾਂ ਨਾਲ ਤਾਂ ਮੈਂ 6-6 ਘੰਟਿਆਂ ਦੀਆਂ ਮੀਟਿੰਗਾਂ ਵੀ ਕਰ ਲੈਂਦਾ। ਕਿਸਾਨ ਯੂਨੀਅਨ ਸਾਡੀਆਂ ਆਪਣੀ ਨੇ, ਸਾਡੇ ਆਪਣੀ ਨੇ, ਇਹ ਜਿਹੜੇ ਗੱਲ ਗੱਲ 'ਤੇ ਨੁਕਸ ਕੱਢਣ ਵਾਲੇ, ਮੈਂ ਉਹਨਾਂ ਦੇ ਵਹਿਮ ਕੱਢਣੇ ਚਾਹੁੰਦਾ ਥੋੜ੍ਹੇ ਜਿਹੇ। ਹੁਣ ਜੇ ਤਾਂ ਉਹਨਾਂ ਨੇ ਨਹੀਂ ਆਉਣਾ ਤਾਂ ਵੀ ਮੈਂ ਕੀ ਕਰ ਸਕਦਾ, ਜੇ ਕੋਈ ਬਹਾਨੇ ਹੋਰ ਨਵੇਂ ਲਾਉਣੇ ਨੇ ਨਵੇਂ ਲਾ ਲੈਣ। ਨਹੀਂ ਜੀ, ਮੈਨੂੰ ਗੱਲ ਇਹ ਹੈ, ਉਹ ਕਹਿ ਸੁਖਬੀਰ ਪਹਿਲੇ ਦਿਨ ਤਾਂ ਕਹਿੰਦੇ ਸੀ, ਕਹਿੰਦੇ ਜੀ ਵਿਧਾਨ ਸਭਾ 'ਚ ਬਹਿਸ ਕਰ ਲਓ। ਮੈਂ ਕਹਿੰਦੀ ਸੁਖਬੀਰ ਵਾਲ ਵਿਧਾਨ ਸਭਾ 'ਚ ਹੈ ਨਹੀਂ, ਸੁਨੀਲ ਜਾਖੜ ਵਿਧਾਨ ਸਭਾ 'ਚ ਹੈ ਨਹੀਂ, ਕਿਵੇਂ ਵਿਧਾਨ ਸਭਾ 'ਚ ਕਰ? ਉੱਥੇ ਵੀ ਕਰ ਲਾਂਗੇ, 20-21 ਨੂੰ ਉੱਥੇ ਵੀ ਕਰ ਲਾਂਗੇ ਵਿਧਾਨ ਸਭਾ 'ਚ ਵੀ। ਪਰ ਇਹ ਖੁੱਲ੍ਹੀ ਬਹਿਸ ਹੈ, ਇਹ ਐਂ ਕੋਈ ਲਾਉਂਦੇ ਮੈਂ ਇੱਥੇ ਨਹੀਂ ਜਾਂਦਾ ਹੁੰਦਾ ਜੀ, ਮੈਂ ਇੱਥੇ ਜਾਊਂਗਾ ਜੀ, ਮੈਂ ਉੱਥੇ ਨਹੀਂ ਜਾਂਦਾ, ਉਹਨੂੰ ਬੁਲਾਓ ਜੀ, ਇਹਨੂੰ ਬੁਲਾਓ। ਨਹੀਂ, ਜੇ ਜਾਖੜ ਸਾਹਿਬ ਨੂੰ ਕੋਈ ਬਹੁਤ ਲੱਗਦਾ ਕਿ ਆਹ ਬੰਦੇ ਹੋਣੇ ਚਾਹੀਦੇ ਨੇ, ਅਤੇ ਨਾਲ ਉਹ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਮਨਾਉਣਾ ਮੇਰੀ ਜ਼ਿੰਮੇਵਾਰੀ ਹੈ, ਜਿਹੜੇ 8 ਗਏ ਨੇ ਉਹਨਾਂ ਨੂੰ ਮਨਾ ਲੈਂਦੇ, ਭਾਜਪਾ ਛੱਡ ਕੇ ਗਏ ਨੇ ਜਿਹੜੇ ਵਾਪਸ ਦੁਬਾਰਾ ਕਾਂਗਰਸ 'ਚ, ਆਪਦੇ ਵਾਲਿਆਂ ਨੂੰ ਮਨਾਇਆ ਨਹੀਂ ਜਾਂਦਾ, ਲੋਕਾਂ 'ਤੇ ਜਿਹੜੇ ਉਹ ਜ਼ਿੰਮੇਵਾਰੀਆਂ ਲੈਂਦੇ ਫਿਰਦੇ। ਚਿੱਠੀ ਲਿਖ